ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ। ਅੱਜ ਤੁਸੀਂ ਵੇਖ ਸਕਦੇ ਹੋ ਜ਼ਿਲ੍ਹਾ ਕੰਪਲੈਕਸ ਜਿਹੜਾ DC ਦਫ਼ਤਰ ਆ ਉੱਥੇ ਅਸੀਂ ਖੜ੍ਹੇ ਹਾਂ ਅਤੇ ਅੱਜ ਜਿਹੜੀਆਂ ਆਪਣਾ ਮੋਰਚਾ ਆ ਰਿਹਾ ਉਹਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਾਂ। ਅਤੇ ਦੇਖੋ ਅੱਜ ਅਸੀਂ ਇੱਥੇ ਆਪਣੇ ਵਲੰਟੀਅਰਾਂ ਦੇ ਇੰਚਾਰਜ, ਇਹ ਤੋਂ ਬਾਅਦ ਲੰਗਰਾਂ ਦੇ ਇੰਚਾਰਜ, ਇਹ ਤੋਂ ਬਾਅਦ IT ਸੈੱਲ ਆ ਸਾਡਾ, ਉਹਨਾਂ ਦੇ ਇੰਚਾਰਜ ਸਾਰੇ ਸੱਦੇ ਹੋਏ ਆ ਵੀ ਜਿਹੜਾ 26 ਨਵੰਬਰ ਨੂੰ ਮੋਰਚਾ ਲੱਗਣ ਜਾ ਰਿਹਾ ਉਹਦੀਆਂ ਤਿਆਰੀਆਂ ਕਿਵੇਂ ਕਰਨੀਆਂ। ਜਿਵੇਂ ਅਸੀਂ ਕਿਹਾ ਵੀ ਇਹ ਦਿੱਲੀ ਦੀ ਤਰਜ 'ਤੇ, ਵੀ ਦਿੱਲੀ ਨਹੀਂ, ਦਿੱਲੀ ਵਰਗਾ ਨਹੀਂ, ਪਰ ਦਿੱਲੀ ਦੀ ਤਰਜ 'ਤੇ ਇਹ ਮੋਰਚਾ ਸਾਡਾ ਆਰੰਭ ਹੋਣ ਜਾ ਰਿਹਾ ਵਾ। ਉਹਦੀਆਂ ਜਿਹੜੀਆਂ ਵਾ ਹੁਣ ਅਸੀਂ ਤਿਆਰੀਆਂ ਵਿੱਚ ਰੁੱਝੇ ਹੋਏ ਹਾਂ ਅਤੇ ਅੱਜ ਉਹਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਵਾ ਅਤੇ ਲਗਭਗ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਪੁੱਜ ਰਹੀਆਂ ਨੇ 67 ਟਰੈਕਟਰ ਟਰਾਲੀਆਂ ਇਕੱਲਾ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਇਹ ਮੋਰਚਾ ਪੂਰੇ ਪੰਜਾਬ ਦੇ ਵਿੱਚ ਸਾਰੇ DC ਹੈੱਡਕੁਆਟਰਾਂ 'ਤੇ ਲੱਗੂਗਾ। ਪਰ ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ 67 ਟਰੈਕਟਰ ਟਰਾਲੀਆਂ ਤਿਆਰ ਹੋ ਕੇ ਜਿਹੜੀਆਂ ਖੜ੍ਹ ਗਈਆਂ ਨੇ ਅਤੇ ਪਿੰਡਾਂ ਦੇ ਵਿੱਚ ਅੱਡ ਅੱਡ ਇੱਥੇ ਤੁਹਾਡਾ ਆਗੂ ਤੁਹਾਡੇ ਨਾਲ ਗੱਲ ਕਰਾ ਦੇਣਗੇ। ਸਾਡੇ ਪਿੰਡ ਪੰਧੇਰ ਕਲਾਂ 'ਚ ਲਗਭਗ 45-46 ਹਜ਼ਾਰ ਰੁਪਇਆ ਫੰਡ ਇਕੱਠਾ ਹੋਇਆ ਵਾ, ਟਰੈਕਟਰ ਟਰਾਲੀਆਂ ਤਿਆਰ ਹੋ ਰਹੀਆਂ ਹਰੇਕ ਪੰਜਾਬ ਦੇ ਪਿੰਡਾਂ 'ਚ ਅਤੇ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ, ਜਿਹੜੀ ਵੱਧ ਤੋਂ ਵੱਧ ਜਿਹੜਾ ਵਾ ਮੁਹਿੰਮ ਬਣਾ ਕੇ ਫੰਡ ਇਕੱਠਾ ਕੀਤਾ ਜਾ ਰਿਹਾ ਅਤੇ ਨਾਲ ਦੀ ਨਾਲ ਜਿਹੜੀ ਮੋਰਚੇ ਦੀ ਤਿਆਰੀ ਕੀਤੀ ਜਾ ਰਹੀ ਹੈਗੀ ਆ। ਸੋ ਇਹਨੂੰ ਭਰਾਓ, ਕਿਉਂਕਿ ਸਾਡੇ ਕੋਲ ਤੁਹਾਡਾ ਹੀ ਮੀਡੀਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮੈਂ ਤੁਹਾਡੇ ਨਾਲ ਗੱਲਬਾਤ ਕਰਦਾ, ਬਹੁਤੀ ਲੰਮੀ ਨਹੀਂ ਗੱਲ ਕਰਨੀ, ਵੀ ਜਿਹੜਾ ਇਹ ਮੋਰਚਾ ਵਾ ਇਹ ਇਸ ਵੇਲੇ ਜਿਵੇਂ ਮਾਹੌਲ ਬਣਿਆ ਹੋਇਆ, ਜਿਵੇਂ ਪੰਜਾਬ ਦੇ ਹਾਕਮ ਸਾਨੂੰ ਵੰਗਾਰ ਰਹੇ ਆ। ਦੇਖੋ ਮਸਲਾ ਇਹ ਨਹੀਂ ਹੈਗਾ ਵੀ ਕੋਈ ਵੀ ਅੰਦੋਲਨ ਚੱਲਦਾ ਵਾ ਉਹਦੇ ਵਿੱਚ ਅੰਦੋਲਨ ਕਰਨ ਵਾਲਿਆਂ ਨੂੰ ਵੀ ਤਕਲੀਫਾਂ ਆਉਂਦੀਆਂ। ਮਸਲਨ ਪਿਛਲੀ ਦਿਨੀ ਜੇ ਕੋਈ ਆਮ ਜਨਤਾ ਨੂੰ ਤਕਲੀਫਾਂ ਆਈਆਂ ਉਹਨੂੰ ਅਸੀਂ ਸਮਝਦੇ ਹਾਂ, ਉਹਨੂੰ ਮੰਨਦੇ ਵੀ ਹਾਂ ਅਤੇ ਲੋਕਾਂ ਦਾ ਹੱਕ ਵੀ ਹੁੰਦਾ ਵੀ ਉਹਦੇ 'ਤੇ ਆਪਣੀ ਗੱਲ ਰੱਖਣ। ਪਰ ਦੂਸਰੇ ਬੰਨੇ ਜੋ ਭਗਵੰਤ ਮਾਨ ਜੀ ਨੇ ਬਿਆਨਬਾਜ਼ੀ ਕੀਤੀ ਆ, ਜਿਵੇਂ ਲੋਕਾਂ ਦੀ ਤਕਲੀਫ ਦੀ ਆੜ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜਿੱਡਾ ਵੱਡਾ ਹਮਲਾ ਉਹਨਾਂ ਨੇ ਕੀਤਾ ਵਾ, ਇਹ ਬਹੁਤ ਗੰਭੀਰ ਆ। ਧਿਆਨ ਨਾਲ ਸੋਚਿਓ ਜ਼ਰਾ, ਮੋਦੀ ਜੀ ਅਤੇ ਭਗਵੰਤ ਮਾਨ ਜੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਚਾਹੁੰਦੇ ਆ ਪੰਜਾਬ ਦੇ ਜ਼ਿਆਦਾਤਰ ਜਿਹੜੇ ਆ ਆਰਥਿਕ ਸੋਮਿਆਂ ਦੇ ਉੱਤੇ, ਜਿੰਨੇ ਇੱਥੇ ਅਦਾਰੇ ਉਹ ਨਿੱਜੀਕਰਨ ਕਰਨਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਆ ਇਕੱਲੀ, ਇਹ ਲਹਿਰ ਉਹਨਾਂ ਨੂੰ ਲੱਗਦਾ ਮੂੰਹ ਬਣ ਦੂਗੀ। ਭਗਵੰਤ ਮਾਨ ਜੀ ਦਾ ਬਿਆਨ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਆਗੂਆਂ ਅਤੇ ਕਿਸਾਨ ਮਜ਼ਦੂਰ ਲਹਿਰ ਦੇ ਪ੍ਰਤੀ ਜਿਹੜਾ ਪੰਜਾਬੀਆਂ ਨੇ, ਪੰਜਾਬ ਦੇ ਵਾਸੀਆਂ ਨੇ ਜਿਹੜਾ ਭਰੋਸਾ ਜਗਾਇਆ, ਉਸ ਭਰੋਸੇ ਨੂੰ ਤੋੜਨਾ ਚਾਹੁੰਦੇ ਆ ਮਾਨ ਸਾਹਿਬ ਵੀ ਜੇ ਕਿਤੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕਿਤੇ ਮਾਰੀ ਜਾਵੇ ਤਾਂ ਉਹ ਅੰਨੇ ਦਾ ਨਾਲ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰ ਲੈਣਗੇ। ਉਹਨਾਂ ਨੇ ਮਾਸਟਰ ਕੈਡਰ ਦੇ ਟੀਚਰ ਵੀ ਕੁੱਟੇ ਨੇ, ਉਹਨਾਂ ਬਿਜਲੀ ਮੁਲਾਜ਼ਮਾਂ ਦੇ ਕੱਚੇ ਕਾਮੇ ਵੀ ਕੁੱਟੇ ਨੇ, ਉਹਨਾਂ ਨੇ ਬੱਸ ਕਾਮੇ ਵੀ ਕੁੱਟੇ ਨੇ,
ਉਹਨਾਂ ਕਲੈਰੀਕਲ ਸਟਾਫ ਵਾਲੇ ਵੀ ਕੁੱਟੇ ਨੇ, ਉਹਨਾਂ ਆਂਗਣਵਾੜੀ ਦੀਆਂ ਬੀਬੀਆਂ ਨੂੰ ਵੀ ਡਾਂਗਾਂ ਫੇਰੀਆਂ ਨੇ। ਉਹਨਾਂ ਲੱਗਦਾ ਇਹ ਛੋਟੇ ਤਬਕੇ ਆ, ਅਸੀਂ ਕੁੱਟ ਲਏ। ਉਹਨਾਂ ਲੱਗਦਾ ਕਿਸਾਨਾਂ ਮਜ਼ਦੂਰਾਂ 'ਤੇ ਹੱਥ ਪਾਉਣਾ ਇੰਨਾ ਸੌਖਾ ਨਹੀਂ ਹੈਗਾ। ਅਤੇ ਉਹ ਇਹ ਵੀ ਕਰ ਰਹੇ ਆ ਵੀ ਮੀਟਿੰਗ ਸੱਦ ਲਈਏ, ਸੱਦ ਕੇ ਅਤੇ ਇਹ ਕਹਿ ਦਈਏ ਵੀ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ। ਅਸੀਂ ਭਗਵੰਤ ਮਾਨ ਜੀ ਨੂੰ ਕਹਿੰਦੇ ਚਾਹੁੰਦੇ ਹਾਂ ਵੀ ਤੁਹਾਡੇ ਨਾਲ ਪੰਜਾਬ ਦੇ ਲੋਕਾਂ ਦੇ ਨਾਤੇ ਇਹ ਗੱਲ ਕਰ ਲਈਏ ਵੀ ਤੁਹਾਨੂੰ ਜੀ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਤਾ, ਅਸੀਂ ਬਣਾ ਤਾ ਜੀ, ਹੁਣ ਤੁਸੀਂ ਬਣ ਜਿੱਦਾਂ ਮਰਜ਼ੀ ਜਾਓ, ਤੁਹਾਨੂੰ ਪ੍ਰਵਾਨ ਹੋ ਜੂਗਾ। ਤਾਂ ਇਕੱਲਾ ਮੀਟਿੰਗਾਂ ਦੇ ਵਿੱਚ ਇਹ ਗੱਲ ਦਾ ਐਲਾਨ ਕਰਨਾ ਵੀ ਆਹ ਵੀ ਮੰਗ ਮੰਨ ਲਈ, ਆਹ ਵੀ ਮੰਨ ਲਈ, ਮਸਲੇ ਦਾ ਹੱਲ ਹੋਜੂ। ਤੁਸੀਂ ਤਾਂ ਰੇਤ ਵੀ ਸਸਤੀ ਕਰ ਦਿੱਤੀ ਆ, ਪਰ ਮਾਰਕੀਟ ਦੇ ਵਿੱਚ ਰੇਤ 5500 ਰੁਪਈਆ ਪ੍ਰਤੀ ਸੈਂਕੜਾ ਵਿਕ ਰਹੀ ਹੈਗੀ ਆ। ਤੁਹਾਡੇ ਖਾਤੇ 'ਚ ਤਾਂ ਲਾਇਨ ਆਰਡਰ ਬਹੁਤ ਵਧੀਆ ਵਾ, ਪਰ ਲੋਕ ਦਿਨ ਦੀ ਹੀ ਵੀ ਮਾੜੇ ਜਾ ਰਹੇ ਆ, ਤੁਹਾਡੇ ਕੋਲ ਉਹਦਾ ਜਵਾਬ ਨਹੀਂ ਹੈਗਾ। ਤੁਸੀਂ ਤਾਂ ਨਸ਼ਾ ਵੀ ਪੰਜਾਬ ਦੇ ਵਿੱਚ ਬੰਦ ਕਰ ਦਿੱਤਾ, ਪਰ 3-4 ਨੌਜਵਾਨ ਰੋਜ਼ ਓਵਰਡੋਜ਼ ਨਸ਼ੇ ਨਾਲ ਮਰ ਰਹੇ ਆ, ਤੁਸੀਂ ਉਹਦੀ ਜਵਾਬਦੇਹੀ ਨਹੀਂ ਦੇ ਸਕਦੇ। ਠੀਕ ਆ, ਤੁਸੀਂ ਤਾਂ ਟਰਾਂਸਪੋਰਟ ਮਾਫੀਆ ਕਾਗਜ਼ਾਂ 'ਚ ਖਤਮ ਕਰ ਦਿੱਤਾ, ਪਰ ਟਰਾਂਸਪੋਰਟ ਮਾਫੀਆ ਅਜੇ ਵੀ ਜਿਉਂਦਾ ਤਿਉਂ ਖੜਾ ਹੈਗਾ ਵਾ। ਤੁਸੀਂ ਕਾਗਜ਼ਾਂ 'ਚ ਤਾਂ ਇਹ ਕਹਿੰਦੇ ਸੀ ਕੇਜਰੀਵਾਲ ਜੀ ਵੀ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ, ਸਭ ਤੋਂ ਪਹਿਲਾਂ ਰਾਹਤ ਦਿਓ ਕਿਸਾਨਾਂ ਨੂੰ ਵੀ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ, ਕਾਗਜ਼ਾਂ 'ਚ ਕੰਮ ਨਹੀਂ ਫਸਣਾ ਚਾਹੀਦਾ। ਸਾਲ ਹੋ ਗਿਆ ਨਰਮੇ ਅਤੇ ਬਾਸਮਤੀ ਵਾਲੇ, ਅਜੇ ਤੱਕ ਤੁਸੀਂ ਮੁਆਵਜ਼ਾ ਧੇਲਾ ਨਹੀਂ ਸਾਨੂੰ ਦਿੱਤਾ, ਕਾਗਜ਼ਾਂ 'ਚ ਤੁਸੀਂ ਉਹ ਵੀ ਸਾਡਾ ਪ੍ਰਵਾਨ ਕਰ ਲਿਆ ਹੈਗਾ, ਕਾਗਜ਼ਾਂ ਦੇ ਵਿੱਚ ਤੁਸੀਂ ਰੁਜ਼ਗਾਰ ਦੇ ਤਾ ਸਾਰੇ ਪੰਜਾਬ ਨੂੰ, ਪਰ ਪੰਜਾਬ ਦਾ ਯੂਥ ਜਿਵੇਂ ਬੇਰੁਜ਼ਗਾਰੀ ਦਾ ਸ਼ਿਕਾਰ ਆ, ਪੂਰਾ ਪੰਜਾਬ ਜਾਂਦਾ ਔਰ ਵਿਦੇਸ਼ਾਂ ਵੱਲ ਨੂੰ ਲੱਖਾਂ ਰੁਪਈਏ ਲਾ ਕੇ ਸਾਡੇ ਬੰਦੇ ਜਾ ਰਹੇ ਹੈਗੇ ਨੇ, ਇਹ ਪੂਰਾ ਪੰਜਾਬ ਜਾਣਦਾ ਵਾ। ਤੁਸੀਂ ਹੋਰ ਇਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਵੀ ਜਿਵੇਂ ਤੁਸੀਂ ਔਰਤਾਂ ਨੂੰ 1000 ਰੁਪਈਆ ਦੇਣਾ ਸੀ, ਦੇ ਦਿੱਤਾ ਤੁਸੀਂ ਕਾਗਜ਼ਾਂ ਦੇ ਵਿੱਚ, ਤੁਸੀਂ 2500 ਰੁਪਈਆ ਬੇਰੁਜ਼ਗਾਰੀ ਭੱਤਾ ਦੇਣਾ ਸੀ, ਉਹ ਵੀ ਤੁਹਾਡਾ ਮਿਲ ਗਿਆ ਹੋਣਾ ਵਾ। ਤੁਸੀਂ 2500 ਰੁਪਈਆ ਬੁਢਾਪਾ ਪੈਨਸ਼ਨ ਦੇਣੀ ਸੀ, ਇਹ ਵੀ ਮਿਲ ਗਈ ਹੋਣੀ ਆ। ਔਰ ਤੁਸੀਂ ਕਹਿੰਦੇ ਸੀ ਅਸੀਂ ਪੰਜਾਬ ਦੇ ਰਾਖੇ ਹਾਂ, ਬਿਜਲੀ ਵੰਡ ਦਾ ਕੰਮ ਕੇਂਦਰ ਨੇ ਨੋਟੀਫਿਕੇਸ਼ਨ ਕਰਤਾ, ਉਹ ਕਾਰਪੋਰੇਟ ਨੂੰ ਦੇ ਦਿੱਤਾ, ਤੁਸੀਂ ਮੋਦੀ ਜੀ ਨਾਲ ਰਲ ਗਏ ਅਤੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਹੈਗਾ, ਇਹ ਵੀ ਕਰ ਦਿੱਤਾ ਹੋਣਾ ਤੁਸੀਂ। ਔਰ ਇਹ ਤੋਂ ਕਹਾਂ ਤੁਸੀਂ ਮੋਦੀ ਜੀ ਨੂੰ ਮਾਤ ਦੇ ਦਿੱਤੀ, ਤੁਹਾਡੇ ਖੇਤੀਬਾੜੀ ਮੰਤਰੀ ਰੋਜ਼ ਬੋਲਦੇ ਆ ਵੀ 1.28 ਲੱਖ ਏਕੜ ਜ਼ਮੀਨਾਂ ਦੀ ਸ਼ਨਾਖਤ ਕਰ ਲਈ, ਕਿਹੜੀਆਂ ਜ਼ਮੀਨਾਂ ਦੀ ਜਿਹੜੀਆਂ ਜੁਮਲਾ ਮੁਸ਼ਤਰਕਾ ਸੀਗੀਆਂ, ਜਿਹੜੀਆਂ ਸ਼ਾਮਲੇਟ ਸੀਗੀਆਂ, ਤੁਸੀਂ ਉਹਨਾਂ ਨੂੰ ਕਾਨੂੰਨ ਵਿੱਚ ਜਿਹੜਾ ਲੈਂਡ ਐਕਟ ਆ ਉਹਦੇ ਵਿੱਚ ਸੋਧ ਕਰਕੇ ਹੁਣ ਉਹਨਾਂ ਨੂੰ ਖੋਹਣ ਦੀ ਤਿਆਰੀ ਕਰ ਰਹੇ ਜੇ। ਤੁਸੀਂ ਪਿਛਲੀ ਸਰਕਾਰ ਬਾਦਲਾਂ ਇਹਦੋਂ ਕੈਪਟਨ ਅਮਰਿੰਦਰ ਅਤੇ ਚੰਨੀ ਨਾਲੋਂ 4 ਹੱਥ ਗਾਂਹ ਜਾ ਕੇ ਨਿਕਲ ਗਏ ਜੇ, ਤੁਹਾਨੂੰ ਹੁਣ ਲੱਗਦਾ ਨਹੀਂ ਸਾਡੀ ਲੋੜ ਹੈਗੀ ਆ। ਤਾਂ ਇਸ ਕਰਕੇ ਤੁਹਾਡੀਆਂ ਮੋਮੋ ਠੱਗਣੀਆਂ ਦੇ ਵਿੱਚ ਅਸੀਂ ਕਿਉਂ ਆਈਏ। ਤਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਅਸੀਂ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਆ ਉਹਨਾਂ ਮੁੱਦਿਆਂ 'ਤੇ ਮਸਲਿਆਂ ਲਈ ਲੜ ਰਹੇ ਹਾਂ। ਤੁਹਾਨੂੰ ਲੱਗਦਾ ਵਾ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਫਸਲਾਂ ਦਾ ਵਾਜਬ ਰੇਟ ਮਿਲਣਾ ਚਾਹੀਦਾ ਪੰਜਾਬ ਕੋ ਅਤੇ ਕੇਂਦਰ ਕੋ ਵੀ, ਇਹ ਕੇਂਦਰ ਨਾਲ ਮੰਗ ਵੀ ਜੁੜੀ ਹੋਈ ਆ। ਕੇਰਲਾ 17 ਫਸਲਾਂ ਦੀ MSP ਦੇ ਰਿਹਾ ਅਤੇ ਭਗਵੰਤ ਮਾਨ ਜੀ ਝੂਠ ਬੋਲ ਰਹੇ ਵੀ ਅਸੀਂ ਮੂੰਗੀ ਖਰੀਦ ਲਈ, 10% ਮੂੰਗੀ ਨਹੀਂ ਖਰੀਦੀ ਹੈਗੀ ਇਹਨਾਂ ਨੇ। ਤਾਂ ਉਹ ਚਾਹੀਦਾ ਜੇ ਤੁਹਾਨੂੰ ਲੱਗਦਾ ਵੀ ਇਹ ਮੰਗ ਪੂਰੇ ਦੇਸ਼ ਦੀ ਪੰਜਾਬ ਦੇ ਵਾਸੀਆਂ ਦੀ ਨਹੀਂ ਹੈਗੀ,
ਤੁਸੀਂ ਵੀ ਸਾਡੇ ਮੋਰਚੇ 'ਚ ਸ਼ਾਮਿਲ ਨਾ ਹੋਣਾ ਤੁਹਾਡੀ ਮਰਜ਼ੀ ਦਾ ਸਵਾਲ ਆ। ਜੇ ਤੁਹਾਨੂੰ ਲੱਗਦਾ ਵੀ ਇਹ ਮੰਗ ਸਾਡਾ ਮੁੱਢਲਾ ਅਧਿਕਾਰ ਆ, ਇਹ ਹੱਕ ਬਣਦਾ, ਤਾਂ ਤੁਸੀਂ ਮੋਰਚੇ ਵਿੱਚ ਸ਼ਾਮਿਲ ਹੋਵੋ। ਸਾਡੇ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਚੜਿਆ ਵਾ, ਔਰ ਪਿਛਲੇ 50 ਸਾਲਾਂ 'ਚ ਕਿਉਂਕਿ ਸਾਨੂੰ ਲਾਹੇਮੰਦ ਰੇਟ ਨਹੀਂ ਦਿੱਤਾ ਗਿਆ। ਮੈਂ ਨਹੀਂ ਕਹਿੰਦਾ, ਇਹ PAU ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਆ ਵੀ 2017-16 ਦੇ ਵਿੱਚ ਸਾਡਾ 2050 ਰੁਪਈਏ ਇੱਕ ਕੁਇੰਟਲ ਝੋਨਾ ਪੈਦਾ ਕਰਨ 'ਤੇ ਖਰਚਾ ਹੁੰਦਾ, ਪਰ ਸਾਨੂੰ ਉਸ ਵੇਲੇ 1650 ਰੁਪਈਏ ਰੇਟ ਦਿੱਤਾ ਜਾ ਰਿਹਾ ਸੀਗਾ। ਤਾਂ ਫਿਰ ਇਹ ਗੱਲ ਕੀ ਹੈਗੀ ਆ? ਇਸ ਕਰਕੇ ਸਾਡੇ ਸਿਰ ਕਰਜ਼ੇ ਚੜੇ ਆ। ਉਹ ਮੰਗ ਵੀ ਜੇ ਤੁਹਾਨੂੰ ਲੱਗਦਾ ਵਾਜਬ ਆ ਤਾਂ ਤੁਹਾਨੂੰ ਸਾਡੇ ਨਾਲ ਖੜਨਾ ਚਾਹੀਦਾ। ਬਲੈਂਡ ਚੈੱਕ ਲੈ ਕੇ ਬੈਂਕਾਂ ਵਾਲੇ 420 ਦਾ ਕਰਜ਼ਾ ਪਰਚਾ ਦਰਜ ਕਰਕੇ ਸਾਡੇ ਕਿਸਾਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਕਰ ਰਹੇ ਆ, ਉਹ ਵੀ ਮੁੱਦਾ ਹੈਗਾ। ਜੇ ਤੁਹਾਨੂੰ ਲੱਗਦਾ ਜਾਇਜ਼ ਤਾਂ ਤੁਹਾਨੂੰ ਹਾ ਦਾ ਨਾਰਾ ਮਾਰਨਾ ਚਾਹੀਦਾ ਸਾਡੇ ਨਾਲ। ਬੇਰੁਜ਼ਗਾਰੀ ਪੂਰੀ ਦੁਨੀਆ ਦੀ ਵੱਡੀ ਸਮੱਸਿਆ ਵਾ, ਰੁਜ਼ਗਾਰ ਮਿਲਣਾ ਚਾਹੀਦਾ ਸਾਡੇ ਨੌਜਵਾਨਾਂ ਨੂੰ। ਜੇ ਲੱਗਦਾ ਪੰਜਾਬ ਵਾਸੀਆਂ ਨੂੰ ਵੀ ਇਹ ਕਿਸਾਨਾਂ ਮਜ਼ਦੂਰਾਂ ਦੀ ਮੰਗ ਜਾਇਜ਼ ਆ, ਸਾਡੇ ਨਾਲ ਬਹਿਣਾ ਚਾਹੀਦਾ ਆ ਕੇ ਉਹਨਾਂ ਨੂੰ। ਨਸ਼ਿਆਂ ਨਾਲ ਪੰਜਾਬ ਗ੍ਰਸਤ ਆ, ਨਹੀਂ ਬੰਦ ਕਰਨਾ ਭਗਵੰਤ ਮਾਨ ਨੇ, ਹਿੱਕ 'ਤੇ ਚੜ ਕੇ ਬਹਿ ਜਾਈਏ ਫੈਸਲਾ ਕਰਕੇ, ਫਿਰ ਕਰਵਾ ਲਾਂਗੇ। ਜੇ ਲੱਗਦਾ ਤਾਂ ਸਾਡੇ ਨਾਲ ਆ ਕੇ ਤੁਹਾਨੂੰ ਬਹਿਣਾ ਚਾਹੀਦਾ ਪੰਜਾਬ ਵਾਸੀਆਂ ਨੂੰ, ਤੁਹਾਡੇ ਸਾਥ ਨਾਲ ਹੀ ਅਸੀਂ ਜਿੱਤਾਂਗੇ। ਤਾਂ ਫਿਰ ਇਹ ਮੁੱਦੇ ਤੁਹਾਨੂੰ ਕਿਵੇਂ ਲੱਗਦੇ ਆ? ਇੱਕ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣੇ ਹੈਗੇ ਆ। ਪਰਾਲੀ ਵਾਲੇ ਮਸਲੇ 'ਤੇ ਕੇਜਰੀਵਾਲ ਸਾਹਿਬ ਕਹਿ ਗਏ ਆ ਵੀ ਕੋਈ ਹੱਲ ਨਹੀਂ ਕੀਤਾ, ਅਤੇ ਫਿਰ ਰੈੱਡ ਇੰਟਰੀਆਂ 'ਤੇ ਕੇਸ ਵਾਪਸ ਵੀ ਲੈਣੇ ਚਾਹੀਦੇ ਆ। ਇਹ ਤੋਂ ਗਾਹਾਂ ਬਹੁਤ ਸਾਰੇ ਮਸਲੇ, ਲਾਅ ਐਂਡ ਆਰਡਰ ਦਾ ਮਸਲਾ ਸਾਰੇ ਪੰਜਾਬ ਦਾ ਵਾ। ਅਸੀਂ ਇਹਦੇ ਨਾਲ ਨਾਲ ਜਿਹੜੀ ਦੁਕਾਨਦਾਰੀ ਆ ਛੋਟੀ, ਰੇਹੜੀ ਫੜੀ ਵਾਲੇ ਆ, ਉਹਨਾਂ ਦੇ ਹੱਕ 'ਚ ਆਵਾਜ਼ ਚੱਕਦੇ ਹਾਂ ਵੀ ਜਿਵੇਂ ਉਹ ਮਾਰ ਚੱਲ ਰਹੇ ਨੇ, ਉਹਨਾਂ ਦੀ ਬਾਂਹ ਵੀ ਫੜੀ ਜਾਣੀ ਚਾਹੀਦੀ ਆ। ਜਿਹੜਾ ਛੋਟਾ ਲੱਗੂ ਦੇ ਹੋ ਗਿਆ, ਜਿਹੜੇ ਪਿੰਡਾਂ ਨੂੰ ਛੋਟੇ ਪਿੰਡਾਂ ਵਾਲਿਆਂ ਨੂੰ ਰੁਜ਼ਗਾਰ ਦਿੰਦਾ, ਉਹ ਵੀ ਮਰ ਰਿਹਾ ਹੈਗਾ। ਯਾਨੀ ਸਾਰਿਆਂ ਦੀ ਗੱਲ ਕਰਦੇ ਹੈਗੇ ਹਾਂ। ਜਿੰਨੇ ਵੀ ਕੱਚੇ ਮੁਲਾਜ਼ਮ ਆ, ਸਾਰੇ ਕੱਚੇ ਮੁਲਾਜ਼ਮਾਂ ਆਊਟਸੋਰਸਿੰਗ ਦੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਵਾ, ਇਹ ਵੀ ਅਸੀਂ ਮੰਗ ਚੱਕਦੇ ਹੈਗੇ ਹਾਂ। ਜੇ ਲੱਗਦਾ ਸਾਰੇ ਮੁਲਾਜ਼ਮ ਧਿਰਾਂ ਨੂੰ ਵੀ ਇਹ ਮੰਗ ਸਾਡੀ ਵਾਜਬ ਆ, ਜਾਇਜ਼ ਆ, ਸਾਡੇ ਨਾਲ ਆ ਕੇ ਉਹਨਾਂ ਨੂੰ ਖੜਨਾ ਚਾਹੀਦਾ ਵਾ। ਤਾਂ ਬਹੁਤ ਸਾਰੀਆਂ ਹੋਰ ਮੰਗਾਂ ਨੇ ਜਿਨ੍ਹਾਂ 'ਤੇ ਅਸੀਂ ਲੜ ਰਹੇ ਹਾਂ। ਸਭ ਤੋਂ ਵੱਡੀਆਂ ਗੱਲਾਂ ਇਹ ਚੇਤੇ ਕਰਾ ਦਈਏ, ਲਖੀਮਪੁਰ ਖੀਰੀ ਵਾਲੇ ਜਿਹੜੇ ਕਤਲ ਕੀਤੇ ਸਾਡੇ ਕਿਸਾਨ, ਅਸੀਂ ਉਹ ਨਹੀਂ ਭੁੱਲੇ। ਮੋਦੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਵੰਗਾਰਦਾ ਵੀ ਜੇ ਇਨਸਾਫ ਲਿਆ ਜਾਂਦਾ ਤਾਂ ਲੈ ਲਓ। ਮੈਂ ਉਹ ਕਹਿੰਦਾ ਵੀ ਆਸ਼ੀਸ਼ ਮਿਸ਼ਰਾ ਜਿਹੜਾ ਉਹਦਾ ਪਿਓ ਵਾ ਅਜੇ ਮਿਸ਼ਰਾ ਟੈਣੀ, ਕਹਿੰਦਾ ਉਹਨੂੰ ਮੰਤਰੀ ਮੰਡਲ 'ਚ ਰੱਖਣਾ ਹੀ ਰੱਖਣਾ ਵਾ, ਤੁਹਾਡੀ ਬਾਂਹ 'ਚ ਜ਼ੋਰ ਆ, ਤਾਂ ਕਹਿੰਦਾ ਇਨਸਾਫ ਲੈ ਲਓ, ਉਹਦਾ ਇਨਸਾਫ ਲੈਣਾ ਵਾ। ਠੀਕ ਆ ਜੀ, ਦਿੱਲੀ ਵਾਲੇ ਸਾਰੇ ਕੇਸ ਵਾਪਸ ਕਰਵਾਉਣੇ ਹੈਗੇ, MSP ਗਰੰਟੀ ਕਾਨੂੰਨ ਬਣਾਉਣਾ ਹੈਗਾ ਵਾ। ਤਾਂ ਇਸ ਤਰ੍ਹਾਂ ਦੇ ਮੁੱਦੇ ਸ਼ਹੀਦਾਂ ਨੂੰ ਇਨਸਾਫ ਲੈ ਕੇ ਦੇਣਾ, ਉਹਨਾਂ ਦਾ ਸਮਾਰਕ ਅਤੇ ਉਹਨਾਂ ਦੇ ਮਾਪ ਜੇ ਆੜ ਰਹੇ ਹੈਗੇ ਆ। ਤਾਂ ਇਹ ਸਾਡੀਆਂ ਮੰਗਾਂ ਵਾ, ਜਿਨ੍ਹਾਂ ਮੰਗਾਂ ਲਈ ਅਸੀਂ ਮੋਰਚਿਆਂ ਵਿੱਚ ਜਾ ਰਹੇ ਹੈਗੇ ਹਾਂ। ਤਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ, ਅੱਜ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਵੱਡਾ ਇਕੱਠ ਕਰਕੇ ਸਾਰੀਆਂ ਤਿਆਰੀਆਂ। ਸੋ ਸਾਡੇ ਲਾਗਦੇ ਪਿੰਡਾਂ 'ਚੋਂ ਬਹੁਤ ਸਾਰੇ ਪਿੰਡਾਂ ਨੇ ਅਪੀਲ ਕੀਤੀ ਵੀ ਅਸੀਂ ਇੱਥੇ ਲੰਗਰ ਅਤੇ ਦੁੱਧ ਲੈ ਕੇ ਆਵਾਂਗੇ। ਸੋ ਸਾਰੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਪੰਜਾਬ 'ਚ ਧਰਨੇ ਮਜਾਰੇ ਆ, ਦੁੱਧ ਪ੍ਰਸ਼ਾਦੇ ਕਿਸੇ ਕਿਸਮ ਦੀ ਸੇਵਾ ਉਹ ਪਹੁੰਚਾ ਸਕਦੇ ਆ, ਇੱਥੇ ਲਗਾਤਾਰ ਲੰਮਾ ਮੋਰਚਾ ਚੱਲਣਾ ਹੈਗਾ। ਤਾਂ ਮੈਂ ਇੰਨੀ ਗੱਲਬਾਤ ਕਰਨੀ ਆ ਤੁਹਾਡੇ ਨਾਲ, ਅਸੀਂ ਜ਼ਰੂਰ 2-4 ਵਲੰਟੀਅਰਾਂ ਦੇ ਲੰਗਰ ਦੇ ਇੰਚਾਰਜ ਆਣਾ ਚਾਹਵਾਂਗੇ, ਆਪਣੇ ਆਗੂਆਂ ਨੂੰ ਕਹਿ ਕੇ ਤੁਹਾਡੇ ਨਾਲ ਗੱਲਬਾਤ ਕਰਵਾ ਦੇਣ, ਉਦੋਂ ਬਾਅਦ ਸਮਾਪਤੀ। 5 ਮਿੰਟ ਹੋਰ ਚੱਲੂਗਾ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹਾਂਜੀ, ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੇ ਲੰਗਰ ਇੰਚਾਰਜ ਸੁਰਿੰਦਰ ਸਿੰਘ ਜੀ ਰੂਪਵਾਲੀ।
ਹਾਂਜੀ ਰੂਪਵਾਲੀ ਸਾਹਿਬ, ਹਾਂਜੀ ਮੈਂ ਸਿੰਘ ਤਿਆਰੀਆਂ ਜੀ, ਲੰਗਰ ਦੀਆਂ ਤਿਆਰੀਆਂ ਬਹੁਤ ਵਧੀਆ ਜੀ। ਸਾਰੇ ਪਿੰਡਾਂ ਦੇ ਵਿੱਚੋਂ ਰਿਸਪੋਂਸ ਮਿਲ ਰਿਹਾ, ਅਸੀਂ ਐਂ ਡਿਊਟੀਆਂ ਵੀ ਲਾਤੀਆਂ ਵੱਖੋ ਵੱਖ ਤਰ੍ਹਾਂ, ਸੁੱਕੀ ਰਸਤ ਦੀ, ਬਾਲਣ ਦੀ, ਹਰ ਤਰ੍ਹਾਂ ਦੀ ਵੀ, ਕਿਸੇ ਗੱਲ ਦੀ ਤੋੜ ਨਹੀਂ ਆਉਣ ਦੇਵਾਂਗੇ। ਲੰਗਰ ਦਾ ਪੂਰਾ ਪੂਰਾ ਜਿਸ ਤਰ੍ਹਾਂ ਜਾਪਦੇ ਨਾਲ ਐਂ ਚਾਲੂ ਕਰਾ ਕੇ ਰੱਖਾਂਗੇ, ਜਿੰਨਾ ਚਿਰ ਵੀ ਚੱਲਿਆ ਚਲਾਵਾਂਗੇ। ਸੋ ਮੰਗਾਂ ਬਹੁਤ ਵੱਡੀਆਂ ਨੇ, ਇਸ ਕਰਕੇ ਆਪਾਂ ਇਹਨੂੰ ਮੁੱਖ ਕਰਕੇ ਚਲਾਵਾਂਗੇ, ਦੁੱਧ ਦੀ ਹਰ ਇੱਕ ਦੀ ਰਸਤ ਪਹੁੰਚਾਵਾਂਗੇ ਜੀ। ਠੀਕ ਆ ਜੀ, ਇਹ ਸਨ ਸਾਡੇ ਜ਼ਿਲ੍ਹੇ ਦੇ ਲੰਗਰ ਇੰਚਾਰਜ ਨੇ, ਇਹਨਾਂ ਦੇ ਥੱਲੇ ਪ੍ਰੋਪਰ ਜ਼ੋਨਾਂ ਦੀਆਂ ਲੰਗਰ ਟੀਮਾਂ, ਉਸ ਤੋਂ ਥੱਲੇ ਪਿੰਡਾਂ ਦੀਆਂ ਲੰਗਰ ਟੀਮਾਂ ਜਿਹੜੀਆਂ ਵਾ, ਬਿਲਕੁਲ ਉਹ ਤਿਆਰੀਆਂ ਨੇ। ਹੁਣ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੇ ਵਲੰਟੀਅਰ ਇੰਚਾਰਜ ਨੇ, ਉਹਨਾਂ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ। ਹਾਂਜੀ ਬੱਗਾ ਜੀ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅੱਜ, ਕਿਸ ਤਰ੍ਹਾਂ ਦੀ ਮੈਨੇਜਮੈਂਟ ਤੁਸੀਂ ਬਣਾ ਰਹੇ ਹੋ? ਅੱਜ ਵੇਖੋ ਜੀ, ਆਪਣੇ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਅਸੀਂ ਆਏ ਹਾਂ, ਸਾਰਾ ਪ੍ਰਬੰਧ ਵੇਖਿਆ ਵੀ ਕਿਵੇਂ ਕਿੱਥੇ ਕਿੱਥੇ ਟਰਾਲੀਆਂ ਲਾਉਣੀਆਂ ਵਾਂ, ਕਿਵੇਂ ਸਾਰਾ ਪ੍ਰਬੰਧ, ਵਲੰਟੀਅਰਾਂ ਦੇ ਜਿਹੜੀਆਂ ਡਿਊਟੀਆਂ ਵੀ ਜਿਹੜੀਆਂ ਇੱਥੇ ਲਾ ਦਿੱਤੀਆਂ ਗਈਆਂ ਵਾਂ, ਕਿਉਂਕਿ ਵੱਡੇ ਪੱਧਰ 'ਤੇ ਜਿਹੜਾ ਵਾ ਪ੍ਰੋਗਰਾਮ ਚੱਲਣਾ ਵਾ, ਅਤੇ ਉਹਦੇ ਜਿਹੜੀਆਂ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਵਾਂ। ਠੀਕ ਹੈ ਜੀ, ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਸੀਨੀਅਰ ਮੰਡਲੀ ਪ੍ਰਧਾਨ ਨੇ ਜਰਮਨਜੀਤ ਸਿੰਘ ਜੀ ਬੰਡਾਲਾ। ਹਾਂਜੀ ਬੰਡਾਲਾ ਸਾਹਿਬ, ਕਿਸ ਤਰ੍ਹਾਂ ਦੀਆਂ ਤਿਆਰੀਆਂ ਜਾਂ ਕਿਸ ਤਰ੍ਹਾਂ ਦੇ ਜਾਇਜ਼ੇ ਲਏ ਨੇ, ਕਿੱਦਾਂ ਦੇ ਪ੍ਰਬੰਧ, ਜਿਹੜਾ ਲੰਮਾ ਮੋਰਚਾ ਚੱਲਣਾ ਉਹਨਾਂ ਨੂੰ ਲੈ ਕੇ ਤੁਸੀਂ ਕਰ ਰਹੇ ਹੋ? ਅੱਜ ਜੀ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਜੋ ਤਿਆਰੀਆਂ ਸੀਗੀਆਂ ਮੁਕੰਮਲ ਕਰ ਲਈਆਂ ਗਈਆਂ ਵਾ, ਔਰ ਜਿਹੜੀਆਂ ਜਿੱਥੇ ਜਿੱਥੇ ਵੀ ਡਿਊਟੀਆਂ ਲੰਗਰ ਕਮੇਟੀਆਂ ਉਹਨਾਂ ਦੇ ਇੰਚਾਰਜ ਸਾਹਿਬਾਨ ਵੀ ਆਏ ਆ, ਵਲੰਟੀਅਰ ਟੀਮਾਂ ਉਹਨਾਂ ਦੇ ਇੰਚਾਰਜ ਸਾਹਿਬਾਨ ਵੀ ਆਏ ਆ, ਔਰ ਆਈ ਟੀ ਸੈੱਲ ਦੇ ਇੰਚਾਰਜ ਸਾਹਿਬਾਨ ਸਾਰੇ ਆਏ ਦੇ ਆਪੋ ਆਪਣੀ ਥਾਈਂ ਆਪੋ ਆਪਣੇ ਮੋਰਚੇ 'ਤੇ ਡਟੇ ਹੋਏ ਆ, ਅਤੇ ਸੈਂਕੜੇ ਟਰਾਲੀਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਮੋਰਚੇ ਸ਼ਾਮਿਲ ਹੋਣੇ, ਲੱਖਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਾਜ਼ਰੀ ਭਰਨੀ ਆ। ਅਤੇ ਜਿਹੜੇ ਕਹਿ ਰਹੇ ਆ ਜਿਹੜੇ ਹੁਕਮਰਾਨ ਕਿ ਜਿਹੜੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਆ, ਇਹਨਾਂ ਨੂੰ ਡੀ ਸੀ ਹੈੱਡਕੁਆਟਰ 'ਤੇ ਬਹਿਣਾ ਚਾਹੀਦਾ ਜੀ, ਮੰਤਰੀਆਂ ਦੇ ਘਰਾਂ ਬੁਰੇ ਬਹਿਣਾ ਚਾਹੀਦਾ, ਅਸੀਂ ਸਰਕਾਰ ਦਾ ਉਹ ਵੀ ਲਾਮਾ ਲਾ ਦੇਣਾ ਕਿ ਆਹ ਲੋਕ ਜਿਹੜੇ ਆ ਲੰਮੇ ਦਾ ਤੋਂ ਲੰਮਾ ਮੋਰਚਾ ਅਸੀਂ ਲਾ ਕੇ ਬਹਿਣਾ ਵਾ। ਹਾਂ ਜੇ ਸਰਕਾਰ ਸੰਜੀਦਾ ਲਿਆਉਣ ਕੇ ਸਾਡੇ ਮਸਲਿਆਂ ਦਾ ਹੱਲ ਕਰ ਦੇ, ਕੇਵਲ ਅਤੇ ਕੇਵਲ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਲੋਕਾਂ ਨੂੰ ਭੰਨ ਰਹੀ ਹੈ, ਲੋਕਾਂ ਦੇ ਮਸਲੇ ਜਿਹੜੇ ਨੇ ਉਹਨਾਂ ਦੇ ਬਿਲਕੁਲ ਗੰਭੀਰ ਨਹੀਂ ਹੈ, ਲੋਕਾਂ ਦੇ ਮੁੱਦੇ ਰੌਲੇ ਜਾ ਰਹੇ ਆ। ਅਤੇ ਜਿਹੜੇ ਮੁੱਦੇ ਹੈਗੇ ਧਰਮਾਂ ਦੇ ਨਾਂ ਦੇ ਲੋਕਾਂ ਨੂੰ ਲੜਾ ਰਹੇ ਆ, ਜਾਤਾਂ ਦੇ ਨਾਂ ਦੇ ਲੋਕਾਂ ਨੂੰ ਲੜਾ ਰਹੇ ਆ, ਅਤੇ ਜਿਹੜੇ ਕਿਸਾਨਾਂ ਮੁੱਦੇ ਮਸਲੇ ਆ ਉਹਨਾਂ ਨੂੰ ਉਭਾਰਨਾ, ਔਰ ਸਾਡੀ ਆਸ ਆ ਕਿ ਸਰਕਾਰ 'ਤੇ ਕੋਈ ਮਸਲੇ ਜਾਣ ਕੇ ਸਰਕਾਰ ਜਿਹੜੀ ਆ ਗੰਭੀਰ ਉਹਨਾਂ ਮਸਲਿਆਂ ਪ੍ਰਤੀ, ਬੰਦੇ ਜਿੰਨੇ ਮਸਲੇ ਤੁਹਾਡੇ ਸਾਹਮਣੇ ਰੱਖੇ ਆ, ਅਤੇ ਉਹ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਸਰਕਾਰ ਸੰਜੀਦਾ ਹੋ ਗਈ। ਧੰਨਵਾਦ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਨੇ ਰਣਜੀਤ ਸਿੰਘ ਜੀ ਕਲੇਰਵਾਲਾ, ਉਹਨਾਂ ਨੇ ਵੀ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਵਾ। ਬਾਲਾ ਜੀ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਔਰ ਕਿਸ ਤਰ੍ਹਾਂ ਦੀ ਮੈਨੇਜਮੈਂਟ ਜਿਹੜੀ ਆ ਥੱਲੇ ਕੇਡਰ ਨੂੰ ਦਿੱਤੀ ਜਾ ਰਹੀ ਹੈ? ਬਿਲਕੁਲ ਜੀ, ਕੱਲ੍ਹ ਜਿਹੜਾ ਪਿੰਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀਗਾ, ਅਤੇ ਉਹਦੇ ਵਿੱਚ ਪਿੰਡ ਪੱਧਰ 'ਤੇ ਜਿਹੜੀਆਂ ਕਿਸਾਨਾਂ ਨੇ ਦੋ ਦੋ ਟਰਾਲੀਆਂ ਤਿਆਰ ਕੀਤੀਆਂ, ਫੰਡ ਵੱਡੇ ਪੱਧਰ 'ਤੇ ਇਕੱਠੇ ਜਿਹੜੇ ਆ ਉਹ ਕੀਤੇ ਆ, ਪੂਰਾ ਜਿਹੜਾ ਮੋਰਚੇ ਪ੍ਰਤੀ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ। ਉਹਦੇ ਵੱਡੇ ਕਾਰਨ ਵੀ ਇਹ ਵੇਖੇ ਜਾ ਰਹੇ ਆ ਕਿ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ, 8 ਮਹੀਨੇ ਤੋਂ ਵੱਧ ਸਮਾਂ ਜਿਹੜਾ ਉਹ ਬੀਤ ਚੱਲਿਆ, ਜਿਹੜੀਆਂ ਗੱਲਾਂ ਭਗਵੰਤ ਮਾਨ ਸਰਕਾਰ ਕਹਿ ਕੇ ਸੱਤਾ ਦੇ ਵਿੱਚ ਆਈ ਸੀ, ਉਹ ਗੱਲਾਂ ਜਿਹੜੀਆਂ ਸਾਨੂੰ ਵਾਅਦੇ ਜਿਹੜੇ ਆ ਭਗਵੰਤ ਮਾਨ ਦੇ ਵਫਾ ਹੁੰਦੇ ਜਿਹੜੇ ਆ ਉਹ ਨਜ਼ਰ ਨਹੀਂ ਆਉਂਦੇ। ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਇਸ਼ਾਰਿਆਂ 'ਤੇ ਚੱਲ ਰਹੀ ਆ। ਜਿਵੇਂ ਅਸੀਂ ਜਦੋਂ ਆਪਣੇ ਭਗਵੰਤ ਮਾਨ ਜੀ ਨੇ ਜੁਮਲਾ ਮੁਸ਼ਤਰਕਾ ਜ਼ਮੀਨਾਂ ਦਾ ਕਾਨੂੰਨ ਲਿਆਂਦਾ ਸੀਗਾ, ਅਤੇ ਅਸੀਂ ਉਦੋਂ ਵੀ ਆਖਿਆ ਸੀਗਾ ਕਿ ਭਗਵੰਤ ਮਾਨ ਜੀ ਜੁਮਲਾ ਮੁਸ਼ਤਰਕਾ ਜ਼ਮੀਨਾਂ ਜਿਹੜੀਆਂ ਇਹਨਾਂ ਦਾ ਕਾਨੂੰਨ ਰੱਦ ਕਰੋ। ਅੱਜ ਉਹ ਕਾਨੂੰਨ ਜਿਹੜਾ ਇਹਨਾਂ ਨੇ ਬਣਾ ਕੇ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ
ਜ਼ਮੀਨਾਂ ਖੋਹਣ ਵਾਸਤੇ ਆਉਣਾ। ਕੇਂਦਰ ਸਰਕਾਰ ਨੇ ਜਿਹੜਾ ਆਪਣਾ ਬਿਜਲੀ ਵੰਡ ਲਾਇਸੈਂਸ ਨਿਯਮ ਕਾਨੂੰਨ ਲਾਗੂ ਕੀਤਾ ਅਤੇ ਅਸੀਂ ਭਗਵੰਤ ਮਾਨ ਜੀ ਨੂੰ ਆਖਿਆ ਸੀ ਇਸ ਗੱਲ ਦਾ ਵਿਰੋਧ ਕੀਤਾ ਜਾਵੇ, ਪਰ ਭਗਵੰਤ ਮਾਨ ਜੀ ਕੇਂਦਰ ਦੇ ਇਸ਼ਾਰਿਆਂ 'ਤੇ ਚੱਲ ਰਹੇ ਆ, ਉਸ ਚੀਜ਼ ਦਾ ਵਿਰੋਧ ਨਹੀਂ ਕਰਦੇ। ਪੰਜਾਬ ਦੇ ਉੱਤੇ ਲਗਾਤਾਰ ਜਿਹੜਾ ਕੇਂਦਰ ਵੀ ਫੈਸਲੇ ਜਿਹੜਾ ਥੋਪ ਰਿਹਾ ਅਤੇ ਸਾਡੀ ਜਿਹੜੀ ਆਪਣੀ ਸਰਕਾਰ ਆ ਭਗਵੰਤ ਮਾਨ ਦੀ, ਉਹ ਵੀ ਜਿਹੜਾ ਲੋਕਾਂ ਦੇ ਘਰ ਉਜਾੜਨ ਵਾਸਤੇ ਬਹੁਤ ਅਤਾਵਲੀ ਆ। ਆਹ ਜਿਹੜਾ 26 ਤਰੀਕ ਤੋਂ ਮੋਰਚਾ ਜਿਹੜਾ ਸ਼ੁਰੂ ਹੋ ਰਿਹਾ, ਇਹਦੇ ਵਿੱਚ ਭਗਵੰਤ ਮਾਨ ਜੀ ਨੂੰ ਜਿਹੜੇ ਐਨ ਧੂਲ ਚਟਾਵਾਂਗੇ। ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੇ ਆਈਟੀ ਸੈੱਲ ਦੇ ਇੰਚਾਰਜ ਨੇ ਅਮਰਵੀਰ ਜੀ ਗੋਪੀ। ਹਾਂਜੀ ਗੋਪੀ ਜੀ। ਹਾਂਜੀ, ਮੈਂ ਅਮਰਦੀਪ ਸਿੰਘ, ਮੇਰੀ ਜੋ ਸੇਵਾ ਲੱਗੀ ਆਈਟੀ ਸੈੱਲ ਵਜੋਂ, ਜੋ ਦੇਖਣ 'ਚ ਆ ਰਿਹਾ ਵਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਜਿਹੜੇ ਵਾਅਦੇ ਕੀਤੇ ਸੀ ਉਦੋਂ ਪੂਰੀ ਤਰ੍ਹਾਂ ਮੁਨਕਰ ਹੋਈ ਆ, ਔਰ ਉਹ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜੇ ਧਰਨਾ ਮੁਜ਼ਾਹਰਾਕਾਰੀ ਨੇ, ਜਥੇਬੰਦੀਆਂ ਨੇ, ਇਹ ਗਲਤ ਨੇ। ਸੋ ਅਸੀਂ ਆਈਟੀ ਸੈੱਲ ਦੇ ਰਾਹੀਂ ਲੋਕਾਂ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਜਚਾਵਾਂਗੇ। ਅਸੀਂ ਆਪਣੀਆਂ ਟੀਮਾਂ ਤਿਆਰ ਕਰ ਲਈਆਂ ਅਤੇ ਅੱਜ ਇੱਥੇ ਪੂਰਾ ਇਹ ਚੀਜ਼ ਦਾ ਜਾਇਜ਼ਾ ਲਿਆ ਗਿਆ ਵਾ, ਔਰ ਜਿਹੜੀ ਭਗਵੰਤ ਮਾਨ ਸਰਕਾਰ ਸੋਸ਼ਲ ਮੀਡੀਆ ਦੇ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਖੜਨਾ ਚਾਹੁੰਦੀ ਆ ਵੀ ਅਸੀਂ ਪੂਰੇ ਵਾਅਦੇ ਕਰ ਦਿੱਤੇ ਆ ਅਤੇ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਹਾਂ, ਅਤੇ ਜਥੇਬੰਦੀਆਂ ਗਲਤ ਧਰਨੇ ਲਾ ਰਹੀਆਂ, ਲੋਕ ਤੰਗ ਰਹੇ ਅਤੇ ਅਸੀਂ ਇਹ ਸੋਸ਼ਲ ਮੀਡੀਆ ਰਾਹੀਂ ਜਵਾਬੀ ਕਾਰਵਾਈ ਦੇ ਵਿੱਚ ਭਗਵੰਤ ਮਾਨ ਨੂੰ ਜਚਾਉਣਾ ਚਾਹੁੰਦੇ ਹਾਂ ਵੀ ਜਿੰਨਾ ਤੰਗ ਤੁਸੀਂ ਪਰੇਸ਼ਾਨ ਕੀਤਾ ਹੋਇਆ ਵਾ ਲੋਕਾਂ ਨੂੰ, ਘਰਾਂ ਦੇ ਘਰ ਨੌਜਵਾਨ ਨਸ਼ਿਆਂ ਦੇ ਮੁੰਡੇ ਲੱਗੇ ਹੋਏ ਨੇ, ਘਰ ਬਰਬਾਦ ਹੋ ਗਏ ਨੇ, ਉਹ ਜ਼ਿਆਦਾ ਤੰਗ ਨੇ, ਬੇਰੁਜ਼ਗਾਰ ਤੁਹਾਡੇ, ਰੋਜ਼ ਤੁਸੀਂ ਲਾਠੀਆਂ ਚਾਰਜ ਕਰ ਰਹੇ ਹੋ ਔਰਤਾਂ ਦੇ ਉੱਤੇ, ਜਿਹੜਾ ਵਾ ਉਹ ਲਾਠੀਆਂ ਚਾਰਜ ਕਰ ਰਹੇ ਹੋ, ਔਰ ਜਿਹੜੇ ਤਰੀਕੇ ਦੇ ਨਾਲ ਗੁੰਡਾਗਰਦੀ ਪੰਜਾਬ ਦੇ ਵਿੱਚ ਹੋ ਰਹੀ ਆ ਤੁਹਾਡੇ ਰਾਜ ਦੇ ਵਿੱਚ, ਅਸੀਂ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਪੂਰਾ ਲੋਕਾਂ ਨੂੰ ਚਾਵਾਂਗੇ ਆਪਣਾ, ਅਤੇ ਪੂਰਾ ਨੌਜਵਾਨ ਜਿਹੜੇ ਨੇ ਉਹ ਸਾਡੇ ਸੋਸ਼ਲ ਮੀਡੀਆ ਜਿਹੜੇ ਓਪਰੇਟ ਕਰਦੇ ਨੇ ਉਹ ਇਹਦੇ ਵਿੱਚ ਸਹਿਯੋਗ ਕਰਨ ਵਾਸਤੇ ਸਾਡੇ ਤਿਆਰ ਬੈਠੇ ਹੋਏ ਨੇ ਜੀ। ਬਹੁਤ ਵਧੀਆ, ਧੰਨਵਾਦ ਜੀ। ਬਸ ਜੀ, ਅੰਤ 'ਚ ਤੁਹਾਨੂੰ ਇੱਕੋ ਗੱਲ ਕਰਨੀ ਆ, ਸਾਨੂੰ ਨੌਜਵਾਨ ਮਿਲਿਆ ਵੀ ਤੁਹਾਨੂੰ ਕਾਰਪੋਰੇਸ਼ਨ ਵਿੱਚ ਕਦੋਂ ਦੇ ਸੀਗੇ ਤੁਸੀਂ? ਸਰ 2016 ਤੋਂ। 2016 ਤੋਂ ਤੇ ਹੁਣ ਕੱਢਤਾ ਬਾਹਰ? 30 ਸਤੰਬਰ ਦਾ ਕੱਢਤਾ ਜੀ। 30 ਸਤੰਬਰ ਦਾ ਕੱਢਿਆ ਹੋਇਆ, ਤੁਸੀਂ ਵੇਖ ਸਕਦੇ ਹੋ ਭਗਵੰਤ ਮਾਨ ਸਰਕਾਰ ਬੰਦਿਆਂ ਨੂੰ ਰੁਜ਼ਗਾਰ ਦੇ ਰਹੀ ਕਿ ਰੁਜ਼ਗਾਰ ਖੋ ਰਹੀ ਹੈ ਇਹ। ਤੁਸੀਂ ਕੰਮ ਕਰਦੇ ਹੋ ਕਾਰਪੋਰੇਸ਼ਨ? ਹਾਂਜੀ, ਕੰਮ ਕਰਦਾ ਹਾਂ। ਕਿੰਨਾ ਚਿਰ ਕੰਮ ਕੀਤਾ ਤੁਸੀਂ? 2016 ਤੋਂ ਕਰਨੇ ਆ ਜੀ। ਕੀ ਨਾਮ ਆ? ਜਗਰਾਜ ਸਿੰਘ ਜੀ। ਜਗਰਾਜ ਸਿੰਘ, ਪਿੰਡ ਕਿਹੜਾ? ਖਾਪੜਖੇੜੀ। ਖਾਪੜਖੇੜੀ, ਤਾਂ ਤੁਹਾਡੇ ਕਿੰਨੇ ਬੰਦੇ ਬੇਰੁਜ਼ਗਾਰ ਹੋਏ ਆ? 130 ਜਾਣੇ। 130 ਬੰਦੇ ਜਿਹੜੇ ਕਾਰਪੋਰੇਸ਼ਨ ਦੇ ਵਿੱਚੋਂ ਕੱਢ ਦਿੱਤੇ ਗਏ। ਹੁਣ ਤੁਸੀਂ ਇਹ ਤੋਂ ਹਿਸਾਬ ਲਾਓ, ਜਿਹੜੀਆਂ ਅਸੀਂ ਗੱਲਾਂ ਕਰਦੇ ਹੋ ਪ੍ਰੂਫ ਵੀ ਕਰਦੇ ਹੈਗੇ ਆ ਵੀ ਹੁਣ ਉਹ ਬੰਦੇ ਬਾਹਰ ਕੱਢੇ ਜਾਏ, ਰੁਜ਼ਗਾਰ ਤਾਂ ਦੇਣਾ ਕੀ ਆ? ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ, ਇਸ ਮੋਰਚਿਆਂ ਵਿੱਚ ਸਾਡਾ ਸਹਿਯੋਗ ਦਿਓ, ਆਸ ਆ ਪੂਰਾ ਦਿਓਗੇ ਅਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ